ਪਿੰਡ ਲੋਹਾਰਾ ਦੇ ਕਾਂਗਰਸੀ ਸਰਪੰਚ ਤੇ ਪਾਵਰਕਾਮ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲੱਗੇ ਹਨ। ਉਧਰ ਸਰਪੰਚ ਨੇ ਵੀ ਪਾਵਰਕਾਮ ਮੁਲਾਜ਼ਮਾਂ ਤੇ ਤੱਕਾਸ਼ਾਹੀ ਅਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੋਨਾਂ ਧਿਰਾਂ ਨੇ ਮੁਕਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਤੇ ਸਥਿਤੀ ਕਾਫੀ ਤਣਾਅਪੂਰਨ ਹੋ ਚੁੱਕੀ ਹੈ। ਇਸ ਮੌਕੇ ਤੇ ਮੌਜੂਦ ਪੁਲਿਸ ਉਹਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਮੇਰਾ ਨਾਮ ਹਰਵਿੰਦਰ ਸਿੰਘ ਹੈਪੀ ਸਰਪੰਚ ਲੋਹਾਰਾ ਜੀ ਮੈਂ। ਇਹ ਮਾਮਲਾ ਇਹ ਸੀਗਾ ਜੀ, ਪਿਛਲੇ ਦਿਨੀ ਆਪਣੇ ਹਨੇਰੀ ਆਈ ਸੀਗੀ, ਉਹਦੇ ਕਰਕੇ ਨਾ ਸਾਡੇ ਪਿੰਡੋਂ ਲਾਈਨ ਜਾਂਦੀ ਹੈ ਬੁੱਟਰਸ਼੍ਰੀ ਨੂੰ, ਉਹਦੇ 'ਚ ਖਰਾਬੀ ਸੀ। ਜਿਹੜੀ ਸਾਨੂੰ ਲਾਈਨ ਆਉਂਦੀ ਉਹਦੇ 'ਚ ਕੋਈ ਖਰਾਬੀ ਨਹੀਂ ਸੀਗੀ। ਸਾਡੇ ਉੱਥੇ ਸਵਿੱਚ ਲੱਗੀ ਹੋਈ ਆ, ਅਸੀਂ ਬਿਜਲੀ ਬੋਰਡ ਨੂੰ ਰਿਕੁਐਸਟ ਕੀਤੀ ਸੀ ਵੀ ਉਹ ਸਵਿੱਚ ਕੱਟ ਕੇ ਇੱਕ ਵਾਰ ਲੋਹਾਰਾ ਚਲਾ ਦਿਓ, ਪਰ ਉਹਨਾਂ ਨੇ ਇਸ 'ਤੇ ਸਾਡੀ ਗੱਲ 'ਤੇ ਅਮਲ ਨਹੀਂ ਕੀਤਾ। ਅਸੀਂ ਇੱਕ ਦੋ ਵਾਰੀ ਉਹਨਾਂ ਨੂੰ ਮਿਲੇ ਵੀ ਦਿਨ 'ਚ, ਫਿਰ ਸ਼ਾਮ ਨੂੰ ਜਦੋਂ ਮੈਂ ਉਹ ਉੱਥੇ ਲਾਈਟ ਠੀਕ ਕਰੀ ਜਾਂਦੇ ਸੀ, ਮੈਂ ਉਹਨਾਂ ਕੋਲ ਬੇਨਤੀ ਕਰਨ ਚਲਾ ਗਿਆ। ਮੈਂ ਕਿਹਾ ਵੀ ਸਾਡੀ ਵੀ ਲਾਈਟ ਚਲਾ ਦਿਓ ਤੁਸੀਂ। ਉਹਨਾਂ ਉਹ ਉੱਥੇ ਮੰਨ ਕੇ ਚਲੋ ਵੀ ਜਦੋਂ ਅਸੀਂ ਪਹੁੰਚੇ, ਮੇਰੇ ਨਾਲ ਬਾਈ ਗੁਰਦੀਪ ਸੀਗਾ ਸਾਡਾ, ਅਸੀਂ ਦੋ ਜਾਣੇ ਸੀਗੇ ਅਤੇ ਉੱਥੇ ਬੈਠੇ ਦਾਰੂ ਪੀ ਰਹੇ ਸੀ ਖੰਭੇ ਕੋਲ, 5-6 ਮੁਲਾਜ਼ਮ ਸੀਗੇ। ਅਤੇ ਜਦੋਂ ਅਸੀਂ ਆਖਿਆ ਉਹਨਾਂ ਨੂੰ ਭਾਈ ਵੀ ਲੋਹਾਰੇ ਦੀ ਲਾਈਟ ਚਲਾ ਦਿਓ, ਉਹ ਸਾਡੇ ਨਾਲ ਹੱਥੋਂ ਪਾਈ ਹੋਣ ਲੱਗ ਪਏ। ਮੇਰੇ ਵੀ ਉਹਨਾਂ ਨੇ ਗਲੇ 'ਚ ਹੱਥ ਪਾ ਲਿਆ, ਬਾਈ ਗੁਰਦੀਪ ਦੇ ਵੀ, ਫਿਰ ਛੁਡਾਉਂਦੇ ਛੁਡਾਉਂਦੇ ਸਾਨੂੰ ਕਾਫੀ ਉਹਨਾਂ ਨੇ ਮਾਰਿਆ, ਕੱਪੜੇ ਪਾੜਤੇ। ਫਿਰ ਅਸੀਂ ਸਾਡਾ ਪਿੰਡ ਆ ਗਿਆ, ਫਿਰ ਉਹ ਭੱਜ ਭੁੱਜ ਗਏ ਸੀਗੇ ਉੱਥੋਂ। ਅਤੇ ਅਸੀਂ ਪੁਲਿਸ ਚੌਂਕੀ ਦਰਖਾਸਤ ਦਿੱਤੀ ਸੀਗੀ, ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਵੀ। ਅਤੇ ਮੈਡੀਕਲ ਹੋ ਚੁੱਕਿਆ, ਪਰ ਉਹਦੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ, ਨਾ ਹੋਸਪਿਟਲ ਨਹੀਂ ਹੋਈ ਹੈ ਕੋਈ ਕਾਰਵਾਈ, ਨਾ ਇਹਨਾਂ ਵੱਲੋਂ ਹੋਈ ਹੈ ਆਪਣਾ ਪੁਲਿਸ ਪ੍ਰਸ਼ਾਸਨ ਵੱਲੋਂ। ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਅਸੀਂ, ਸਾਡਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਪਿੰਡ ਨੂੰ। ਗਰੀਬ ਬੱਚੇ ਜੀ ਰਾਤ ਨੂੰ ਕਿੰਨਾ, 2 ਦਿਨ ਹੋ ਗਏ ਰਾਤ ਨੂੰ ਬਹੁਤ ਮੱਛਰ ਹੈ ਜੀ, ਬਹੁਤ ਤੰਗ ਹੋ ਰਹੇ ਹੈ ਸਾਰਾ, ਮੰਨ ਕੇ ਚੱਲੋ ਸਾਰਾ ਪਿੰਡ ਬਹੁਤ ਦੁਖੀ ਹੈ ਸਾਡਾ ਜੀ 2-3 ਦਿਨ ਤੋਂ। ਪਰ ਪ੍ਰਸ਼ਾਸਨ ਨੇ ਬਿਲਕੁਲ ਵੀ ਇਸ ਵੱਲ ਬਿਜਲੀ ਬੋਰਡ ਨੇ ਧਿਆਨ ਨਹੀਂ ਦਿੱਤਾ, ਆਪਣੀ ਅਯਾਸ਼ੀ ਕਰਦੇ ਉੱਥੇ ਬਹਿ ਕੇ ਦਾਰੂ ਪੀ ਕੇ ਆ ਕੇ ਮੁੜ ਜਾਂਦੇ ਆ, ਕੋਈ ਉਹਨਾਂ ਨੇ ਲਾਈਟ ਨਹੀਂ ਠੀਕ ਕੀਤੀ ਗੀ। ਸਾਡੀ ਬੇਨਤੀ ਇਹੀ ਹੈ ਵੀ ਜਿਹੜੇ ਉਹ ਮੁਲਾਜ਼ਮ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਾਡੀ ਲਾਈਟ ਹੁਣ ਤੋਂ ਚਾਲੂ ਕਰਵਾ ਦੇਣੀ ਚਾਹੀਦੀ ਹੈ। ਸਾਡੀ ਲਾਈਟ 'ਚ ਕੋਈ ਫਾਲਟ ਨਹੀਂ ਹੈ, ਇਹ ਜਿੰਨਾ ਚਿਰ ਸਾਡੇ ਪਿੰਡ ਦੀ ਲਾਈਟ ਨਹੀਂ ਚੱਲੂਗੀ ਉਹਨਾਂ ਚਿਰ ਇਹ ਧਰਨਾ ਚਾਲੂ ਰਹੂਗਾ। ਝੱਖੜ ਆਉਣ ਕਰਕੇ ਦਰਖਤ ਡਿੱਗ ਪਏ, ਲਾਈਨਾਂ ਡਿੱਗ ਪਈਆਂ, ਖੰਭੇ ਟੁੱਟ ਗਏ। ਕੱਲ੍ਹ ਤੱਕ ਅਸੀਂ ਤਕਰੀਬਨ ਸਾਰੇ ਚਾਲੂ ਕਰਤੇ ਸੀਗੇ, ਇੱਕ ਖੰਭਾ ਲੋਹਾਰੇ ਉਹ ਵੀ ਖੜ੍ਹਾ ਕਰਕੇ ਲਾਈਨ ਚਾਲੂ ਕਰਨ ਲੱਗੇ ਸੀ, ਬੰਦਾ ਉੱਤਰ ਹੀ ਨਹੀਂ ਲੱਗਿਆ ਸੀ ਥੱਲੇ। ਅਤੇ ਲੋਹਾਰੇ ਵਾਲਾ ਸਰਪੰਚ ਜਿਹੜਾ ਹੈਪੀ ਹੈ ਉਹਦੇ ਨਾਲ ਇੱਕ ਦੀਪਾ ਸੀ, ਇਹਨਾਂ ਨੇ ਆ ਕੇ ਕੰਮ ਕਰਦੇ ਬੰਦਿਆਂ ਨੂੰ ਕੁਟਾਈ ਸ਼ੁਰੂ ਕਰਤੀ। ਜਦੋਂ ਇਹਨਾਂ ਨੇ ਆਪਦਾ ਖੜ੍ਹਾ ਛੁਡਾਉਣ ਲਈ ਦੂਜੇ ਵਰਕਰ ਲੱਗੇ, ਉਹ ਵੀ ਕੁੱਟੇ ਇਹਨਾਂ ਨੇ। ਫਿਰ ਇਹਨਾਂ 'ਚੋਂ ਇੱਕ ਬੰਦਾ ਭੱਜ ਕੇ ਆ ਕੇ ਬੁੱਟਰ ਪਿੰਡ ਇਹਨੇ ਅਨਾਊਂਸ ਕੀਤਾ ਵੀ ਸਾਨੂੰ ਕੁੱਟਮਾਰ ਕੀਤੀ ਹੈ। ਬੁੱਟਰ ਵਾਲੇ ਪਿੰਡ ਵਾਲੇ ਬੰਦੇ ਨੇ ਸਾਡੇ ਬੰਦਿਆਂ ਨੂੰ ਬਚਾਇਆ, ਕਿੰਨੇ ਉਹ ਉਹਨਾਂ ਬੰਦਿਆਂ ਨੇ ਫਾਇਰ ਵੀ ਕੀਤੇ ਹੈ, 2 ਫਾਇਰ ਮਾਰੇ ਆ। ਹਰੀ ਕਿਸ਼ਨ ਅਤੇ ਹਰੀ ਸਰ ਨਾਮ ਦਾ ਬੰਦਾ ਸੀ, ਉਹਨੇ ਫਾਇਰ ਵੀ ਕੀਤੇ ਹੈ ਅਤੇ ਰਾਡ ਵੀ ਸੀਗੇ ਉਹਨਾਂ ਕੋਲ ਅਤੇ ਮੋਬਾਈਲ ਵੀ ਖੋਲ੍ਹੇ ਉਹਨਾਂ ਦੇ। ਚਾਰ ਜਣੇ ਆ, ਚਾਰੇ ਦੇ ਚਾਰੇ ਹਸਪਤਾਲ ਦਾਖਲ ਹੋਏ। ਅਸੀਂ ਇਹ ਕਰਦੇ ਹਾਂ ਵੀ ਕੰਮ ਕਰਦੇ ਬੰਦੇ ਨੂੰ ਵੀ ਜੇ ਇਸ ਤਰ੍ਹਾਂ ਪੌੜੀ ਕੁੱਟਣ ਲੱਗ ਜੇ ਤਾਂ ਅਸੀਂ ਤੁਹਾਨੂੰ ਕੀ ਸਹੂਲਤ ਦੇ ਸਕਾਂਗੇ। ਸਰਕਾਰੀ ਸਰਕਾਰੀ ਕੰਮ ਵਿੱਚ ਵਿਘਨ ਪਾਇਆ, ਦੋਨੇ ਦੇ ਦੋਨੇ ਪਿੰਡ ਰਾਤ ਹੀ ਚੱਲ ਸਕਦੇ ਸੀ ਜੇ ਇਹ ਉਹਨਾਂ ਨੂੰ ਕੁੱਟਮਾਰ ਨਾ ਕਰਦੇ। ਸਰਕਾਰੀ ਡਿਊਟੀ 'ਚ ਬਿਲਕੁਲ ਦੇਖੋ, ਜੇ ਸਾਡੇ ਬੰਦਿਆਂ 'ਚ ਕੋਈ ਕਸੂਰ ਹੁੰਦਾ ਤਾਂ ਇਹ ਪਿੰਡ ਸਾਡੇ ਨਾਲ ਕਿਉਂ ਖੜਦਾ? ਇਹਨਾਂ ਨੇ ਸਾਡੇ ਹੱਕ 'ਚ ਲਾਇਆ ਧਰਨਾ ਵੀ ਉਹਨਾਂ ਨੇ ਜੋ ਕੀਤਾ, ਹੈਪੀ ਸਰਪੰਚ ਨੇ ਧੱਕਾ ਕੀਤਾ, 1,00,000 ਦਾ ਉਹਦੇ ਕੰਨੀ ਬਿੱਲ ਖੜਾ। ਅਸੀਂ ਤਾਂ ਉਹਦੇ ਇਹ ਇੱਥੋਂ ਤੱਕ ਵੀ ਚੱਲ ਸਰਪੰਚ ਹੈ ਕਾਹਨੂੰ ਕਨੈਕਸ਼ਨ ਕੱਟਣਾ, ਅਤੇ ਹੁਣ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਰੀ ਜਾਂਦੇ ਕਾਰਵਾਈ, ਬਿੱਲ ਵੀ ਖੜਾ ਅਤੇ ਕੰਮ ਕਰਦੇ ਮੁਲਾਜ਼ਮਾਂ ਨਾਲ ਕੁੱਟਮਾਰ ਵੀ ਕੀਤੀ। ਮੁਲਾਜ਼ਮਾਂ ਦੀ ਕਾਰਵਾਈ ਹੋ ਰਹੀ ਹੈ? ਮੁਲਾਜ਼ਮਾਂ ਸਾਡੇ ਵੱਲੋਂ ਆ, ਮੁਲਾਜ਼ਮ ਬੈਠੇ ਆ ਨਾਲ, ਬੁੱਟਰ ਸਿੰਘ ਦੇ ਬੰਦੇ ਬੈਠੇ ਆ ਇਹਨਾਂ ਵੱਲੋਂ, ਜ਼ਖਮੀ ਆ ਉਹਨਾਂ ਦੀ ਵੀ ਕਾਰਵਾਈ ਹੋ ਰਹੀ ਹੈ। ਉਹਨਾਂ ਦੀ MLR ਆ ਚੁੱਕੀ ਹੈ ਮੇਰੇ ਖਿਆਲ, ਔਨਲਾਈਨ ਵੀ ਹੋ ਗਈ ਹੈ। ਪਰਚਾ ਜੋ ਵੀ ਧਾਰਾ ਬਣਨੀ ਹੋਣ ਉਸ ਦਿਨ ਅਸੀਂ ਪਰਚਾ ਕਰਾਵਾਂਗੇ। ਅਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਇਹਨਾਂ ਸਾਡੇ ਖਿਲਾਫ਼ ਜਿਹੜਾ ਇਹਨਾਂ ਨੇ ਕੁੱਟਮਾਰ ਕੀਤੀ ਹੈ ਮੁਲਾਜ਼ਮਾਂ ਦੀ, ਇਸ ਨੂੰ ਮਤਲਬ ਅੱਗੇ ਤੋਂ ਐਸੀ ਕਾਰਵਾਈ ਨਾ ਕੀਤੀ ਜਾਵੇ। ਸਾਡੇ ਹੱਕ ਦੇ ਵਿੱਚ ਇਹ ਸਾਰਾ ਪਿੰਡ ਬੈਠਾ ਹੈ ਅਤੇ ਜੋ ਕਾਰਵਾਈ ਹੋਊਗੀ ਮੈਂ ਉਸ ਨੇ ਕਰਨਾ, ਅਸੀਂ ਆਪਦੇ ਵੱਲੋਂ ਜੋ ਵੀ ਹੈ ਲਿਖ ਕੇ। ਸਰ, ਇਹ ਲੋਹਾਰੇ ਪਿੰਡ ਦੇ ਵਸਨੀਕਾਂ ਵੱਲ ਧਰਨਾ ਲਗਾਇਆ ਗਿਆ, ਉਹਨਾਂ ਦਾ ਦੋਸ਼ ਹੈ ਕਿ ਸਾਡੇ ਪਿੰਡ 'ਚ ਪਿਛਲੇ 2-3 ਮਹੀਨਿਆਂ ਤੋਂ ਲਾਈਟ ਨਹੀਂ ਆ ਰਹੀ ਜੀ, ਅਤੇ ਜਿਹੜੀ ਮੋਟਰਾਂ ਦੀ ਲਾਈਟ ਆ ਉਹ ਵੀ ਨਹੀਂ ਆ ਰਹੀ ਜੀ। ਉਹਨਾਂ ਨੇ ਬਿਜਲੀ ਮਹਿਕਮੇ ਦੇ ਖਿਲਾਫ਼ ਰੋਸ ਪ੍ਰਦਰਸ਼ਨ ਧਰਨਾ ਲਾਇਆ ਹੋਇਆ ਹੈ।
ਅਤੇ ਹਲੇ ਮਤਲਬ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਐਕਚੁਅਲ ਸਮੱਸਿਆ ਹੈਗੀ ਹੈ। ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਪਰ ਫਿਲਹਾਲ ਅਸੀਂ ਸਾਡੀ ਸਾਰੀ ਕੰਸਲਟੇਸ਼ਨ ਜਿਹੜੀ ਹੈਗੀ ਹੈ ਜਿਹੜਾ ਇਹਨਾਂ ਧਰਨਾ ਲਾਇਆ ਗਿਆ ਉਹਦੇ ਵੱਲ ਹੈਗੀ ਹੈ ਅਤੇ ਉਹ ਵੀ ਉਸ ਤੋਂ ਬਾਅਦ ਉਹਦੇ ਵੱਲ ਹੀ ਕੋਸ਼ਿਸ਼ ਕਰਦੇ। ਗਿੱਦੜਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫਿਰ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ